ਅਨੰਦਪੁਰ ਸਾਹਿਬ ਨੂੰ ਛੱਡ ਕੇ ਜਦੋਂ ਸਰਸਾ ਦੇ ਕਿਨਾਰੇ ਤੇ ਗਏ, ਪੋਹ ਦੀਆਂ ਰਾਤਾਂ, ਕਹਿਰਾਂ ਦੀ ਸਰਦੀ, ਠੱਕਾ ਵਗਦਾ। ਆ ਵੇਖੋ ਸਾਧ ਸੰਗਤ, ਅੱਜ ਦੇ ਦਿਨਾਂ 'ਚ ਕਿੰਨੀ ਠੰਡ ਹੈ ਕਹਿਰਾਂ ਦੀ, ਸੀਨੇ ਨੂੰ ਚੀਰਦੀ ਹੈ। ਕਹਿਰਾਂ ਦੀ ਸਰਦੀ ਹੈ, ਠੱਕਾ ਵਗਦਾ, ਹਵਾ ਚੱਲਦੀ ਹੈ, ਬੂੰਦਾ ਬਾਂਦੀ ਹੋ ਰਹੀ, ਮੀਂਹ ਪੈ ਰਿਹਾ। ਜਦੋਂ ਸਰਸਾ ਭਰ ਭਰ ਕੇ ਵਗਦਾ ਮੀਂਹਾਂ ਦੇ ਪਾਣੀ ਨਾਲ, ਜਿਹੜੇ ਕੁਰਾਨ ਸ਼ਰੀਫ ਤੇ ਗਊ ਦੀਆਂ ਕਸਮਾਂ ਖਾਂਦੇ ਉਹਨਾਂ ਨੇ ਅਲੀ ਅਲੀ ਦੇ ਨਾਰੇ ਲਾ ਕੇ ਘੇਰਾ ਪਾ ਲਿਆ। ਜੰਗ ਸ਼ੁਰੂ ਹੋ ਗਈ, ਜੰਗ ਜ਼ੋਰਾਂ ਤੇ ਸ਼ੁਰੂ ਹੈ। ਸਾਰੀ ਰਾਤ ਕਹਿਰਾਂ ਦਾ ਘੁਸਮਾਨ ਦਾ ਯੁੱਧ ਹੋਇਆ, ਸਾਰੀ ਰਾਤ ਹਨੇਰੀ ਰਾਤ ਵਿੱਚ ਸਰਸਾ ਤੇ ਜੰਗ ਛਿੜ ਪਈ। ਹਨੇਰੀ ਰਾਤ ਵਿੱਚ ਸਰਸਾ ਤੇ ਜੰਗ ਛਿੜ ਪਈ। ਸਿੰਘ ਸੂਰਮੇ ਤੇ ਗਾਣੇ ਵਾਉਣ ਲੱਗ ਪਏ। ਸਾਰੀ ਰਾਤ ਘੁਸਮਾਣ ਦਾ ਯੁੱਧ ਹੋਇਆ, ਵਾਰ ਇੱਕ ਤੇ ਧੌਣਾ ਉਹ ਤਿੰਨ ਲਾਉਂਦੇ, ਵਾਰ ਇੱਕ ਤੇ ਧੌਣਾ ਉਹ ਤਿੰਨ ਲਾਉਂਦੇ। ਮੁੱਲ ਅੰਮ੍ਰਿਤ ਦਾ ਪੂਰਾ ਚੁਕਾਉਣ ਲੱਗ ਪਏ। ਸਾਰੀ ਰਾਤ ਐਸਾ ਯੁੱਧ ਸੁਣ ਕੇ ਡੋਲ ਗਏ ਵੈਰੀ, ਜਦੋਂ ਸਾਰੇ ਸੁਣ ਕੇ ਡੋਲ ਗਏ ਵੈਰੀ, ਜਦੋਂ ਸਾਰੇ ਵੱਧਦੇ ਅੱਗੇ ਜਕਾਰੇ, ਸਿੰਘ ਲਾਉਣ ਲੱਗ ਪਏ। ਸਾਰੀ ਰਾਤ ਘੁਸਮਾਣ ਦਾ ਯੁੱਧ ਹੋ ਰਿਹਾ, ਗੁਰੂ ਕੇ ਸਿੱਖ ਜਕਾਰੇ ਛੱਡਦੇ, ਮੁਗਲਾਂ ਨੂੰ ਤੁਰਕਾਂ ਨੂੰ ਭਾਜਣਾ ਪਾਉਂਦੇ। ਵਾਹ ਵਾਹ, ਅੱਲਾ ਅੱਲਾ ਬਚਾ ਲੈ ਆਖੀ, ਅੱਲਾ 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 ਬਚਾ ਲੈ ਆਖੀ, ਅੱਲਾ ਉਹ ਵੈਰੀ ਭੱਜ ਕੇ ਤੇ ਜਾਨਾਂ ਨੂੰ ਬਚਾਉਣ ਲੱਗ ਪਏ। ਐਸਾ ਘੁਸਮਾਣ ਦਾ ਯੁੱਧ, ਹਨੇਰੀ ਰਾਤ ਵਿੱਚ ਸਰਸਾ ਤੇ ਜੰਗ ਛਿੜ ਪਈ। ਸਿੰਘ ਸੂਰਮੇ ਤੇ ਗਾਣੇ ਵਾਹੁਣ ਲੱਗ ਪਏ, ਵਾਰ ਇੱਕ ਤੇ ਧੌਣਾ ਤਿੰਨ ਲਾਉਂਦੇ, ਮੁੱਲ ਅੰਮ੍ਰਿਤ ਦਾ ਪੂਰਾ ਚੁਕਾਉਣ ਲੱਗ ਪਏ। ਸੁਣ ਕੇ ਡੋਲ ਗਏ ਵੈਰੀ ਸੀ, ਜਦੋਂ ਸਾਰੇ ਵੱਧਦੇ ਸਿੰਘ ਜਕਾਰੇ ਅੱਗੋਂ ਲਾਉਣ ਲੱਗ ਪਏ। ਅੱਲਾ ਅੱਲਾ ਬਚਾ ਲੈ ਆਖ, ਅੱਲਾ ਵੈਰੀ ਭੱਜ ਕੇ ਜਾਨਾ ਬਚਾਉਣ ਲੱਗ ਪਏ। ਐਸਾ ਘੁਸਮਾਣ ਦਾ ਯੁੱਧ ਹੋਇਆ।